ਸ਼ਾਹ ਅਸਤ ਹੁਸੈਨ, ਪਾਦਿਸ਼ਾਹ ਅਸਤ ਹੁਸੈਨ, ਸ਼ਾਹ ਅਸਤ ਹੁਸੈਨ, ਬਾਦਿਸ਼ਾਹ ਅਸਤ ਹੁਸੈਨ, ਦੀਨ ਅਸਤ ਹੁਸੈਨ, ਦੀਪਨਾ ਅਸਤ ਹੁਸੈਨ, ਸਰਦਾਦ ਨਦਾਦ ਦਸਤ ਦਰ ਦਸਤੇ ਯਜ਼ੀਦ, ਹੱਕਾ ਕੇ ਬਿਨਾ ਲਾ ਇਲਾਹ ਅਸਤ ਹੁਸੈਨ। ਮਿਲੇਗੀ ਜੰਨਤ ਪੀਏਗਾ ਕੌਸਰ, ਮਿਲੇਗੀ ਜੰਨਤ ਪੀਏਗਾ ਕੌਸਰ, ਉਸੀ ਕੋ ਮਹਿਸ਼ਰ ਮੇ ਚੈਨ ਹੋਗਾ, ਨਬੀ ਮੁਹੱਬਤ ਕਰੇਂਗੇ ਉਸਸੇ, ਨਬੀ ਮੁਹੱਬਤ ਕਰੇਂਗੇ ਉਸਸੇ, ਕਿ ਜਿਸਕੇ ਦਿਲ ਮੇ ਹੁਸੈਨ ਹੋਗਾ, ਕਿ ਜਿਸਕੇ ਦਿਲ ਮੇ ਹੁਸੈਨ ਹੋਗਾ। ਦੀਨੇ ਇਸਲਾਮ ਕੁਰਬਾਨੀ ਕਾ ਨਾਮ ਹੈ, ਇਸਲਾਮੀ ਸਾਲ ਕੀ ਇਬਤਦਾ ਵੀ ਕੁਰਬਾਨੀ ਸੇ ਹੋਤੀ ਹੈ ਔਰ ਇਸਕੀ ਇੰਤਹਾ ਵੀ ਕੁਰਬਾਨੀ ਪਰ ਹੋਤੀ ਹੈ। ਇਸਲਾਮੀ ਸਾਲ ਕੇ ਪਹਿਲੇ ਮਹੀਨੇ ਮੁਹੱਰਮ ਉਲ ਹਰਾਮ ਮੇ ਨਵਾਸਾ ਏ ਰਸੂਲ ਜਿਗਰ ਗੋਸ਼ਾ ਏ ਬਤੂਲ ਹਜ਼ਰਤ ਇਮਾਮ ਹੁਸੈਨ ਅਲੈਹ ਸਲਾਮ ਨੇ ਆਪਣੇ 72 ਜਾਨਿਸਾਰੋਂ ਕੇ ਸਾਥ ਦੀਨੇ ਇਸਲਾਮ ਕੋ ਬਚਾਨੇ ਕੇ ਲੀਏ ਮੈਦਾਨੇ ਕਰਬਲਾ ਮੇ ਕੁਰਬਾਨੀ ਦੀ। ਤੋ ਦੂਸਰੀ ਜਾਨਿਬ ਇਸਲਾਮੀ ਸਾਲ ਕੇ ਆਖਰੀ ਮਹੀਨੇ ਜ਼ੁਲਹੱਜ ਮੇ ਪੈਗੰਬਰੇ ਖੁਦਾ ਹਜ਼ਰਤ ਇਬਰਾਹੀਮ ਅਲੈਹ ਸਲਾਮ ਖੁਦਾ ਤਾਲਾ ਕੀ ਖੁਸ਼ਨੂਦੀ ਔਰ ਰਜ਼ਾ ਕੇ ਲੀਏ ਆਪਣੇ ਜਿਗਰ ਕੇ ਟੁਕੜੇ ਆਪਣੇ ਬੇਟੇ ਹਜ਼ਰਤ ਇਸਮਾਈਲ ਅਲੈਹ ਸਲਾਮ ਕੀ ਕੁਰਬਾਨੀ ਦੇਣੇ ਕੇ ਲੀਏ ਤਿਆਰ ਹੈਂ ਔਰ ਖੁਦਾ ਕੇ ਹੁਕਮ ਸੇ ਉਨਕੇ ਬੇਟੇ ਕੀ ਜਗ੍ਹਾ ਕੁਰਬਾਨੀ ਕੇ ਲੀਏ ਦੁੰਬਾ ਆ ਜਾਤਾ ਹੈ ਔਰ ਯੂੰ ਹਜ਼ਰਤ ਇਬਰਾਹੀਮ ਅਲੈਹ ਸਲਾਮ ਆਪਣੇ ਇਮਤਿਹਾਨ ਮੇ ਪੂਰੇ ਉਤਰਤੇ ਹੈਂ। ਲੇਕਿਨ ਹਜ਼ਰਤ ਇਮਾਮ ਹੁਸੈਨ ਕੋ ਆਪਣੇ ਇਮਤਿਹਾਨ ਮੇ ਕਾਮਯਾਬ ਹੋਣੇ ਕੇ ਲੀਏ ਆਪਣੀ ਜਾਨ ਕੇ ਸਾਥ ਸਾਥ 72 ਜਾਨੇ ਕੁਰਬਾਨ ਕਰਨੀ ਪੜੀ ਔਰ ਫਿਰ ਆਪ ਆਪਣੇ ਇਮਤਿਹਾਨ ਮੇ ਕਾਮਯਾਬ ਹੋਤੇ ਹੈਂ। ਹਮ ਦੇਖਤੇ ਹੈਂ ਕਿ ਇਸਲਾਮ ਹੀ ਦੁਨੀਆ ਮੇ ਵੋ ਵਾਹਿਦ ਅਜ਼ੀਮ ਦੀਨ ਹੱਕ ਹੈ ਕਿ ਜਿਸਕੇ ਆਗਾਜ਼ ਔਰ ਇਖਤਤਾਮ ਦੋਨੋਂ ਮੇ ਸ਼ਹਾਦਤ ਔਰ ਕੁਰਬਾਨੀ ਨੁਮਾਇਆਂ ਤੌਰ ਪਰ ਨਜ਼ਰ ਆਤੀ ਹੈ। ਇਸਲਾਮ ਕੀ ਤਾਰੀਖ ਮੇ ਬਹੁਤ ਸੇ ਵਾਕਿਆਤ ਪੇਸ਼ ਆਏ, ਲੇਕਿਨ ਇਸਮੇ ਇੱਕ ਵਾਕਿਆ ਐਸਾ ਹੈ ਜੋ ਬੜਾ ਹੀ ਖੂਨੀ ਕਬਾ ਔਰ ਸ਼ਫਕ ਰੰਗ ਰੱਖਤਾ ਹੈ। ਇਸਮੇ ਮਾਰਕਾਏ ਕਰਬਲਾ ਕੀ ਦਾਸਤਾਨ ਇਸ਼ਕ ਬਿਆਨ ਕੀ ਗਈ ਹੈ। ਇਸਕੋ ਲਿਖਤੇ ਹੋਏ ਕਲਮ ਕਾ ਸੀਨਾ ਸ਼ੱਕ ਹੋ ਜਾਤਾ ਹੈ, ਦਿਲ ਕਪ ਕਪਾ ਉੱਠਤਾ ਹੈ, ਰੂਹ ਥਰ ਥਰਾ ਜਾਤੀ ਹੈ ਔਰ ਬਦਨ ਕੇ ਰੋਂਗਟੇ ਖੜੇ ਹੋ ਜਾਤੇ ਹੈ। ਮੁਹੱਰਮ ਉਲ ਹਰਾਮ ਸੇ ਲੇਕਰ ਜ਼ੁਲਹੱਜ ਤੱਕ ਤਮਾਮ ਮਹੀਨੇ ਹਜ਼ਰਤ ਇਮਾਮ ਹੁਸੈਨ ਅਲੈਹ ਸਲਾਮ ਕੇ ਹੈਂ। ਜੋ ਲੋਕ ਜ਼ਿਕਰ ਹੁਸੈਨ ਕੋ ਸਿਰਫ ਮੁਹੱਰਮ ਉਲ ਹਰਾਮ ਕੇ ਮਹੀਨੇ ਤੱਕ ਮਹਦੂਦ ਰੱਖਤੇ ਹੈਂ, ਐਸੇ ਲੋਕ ਨਾ ਇਨਸਾਫ਼ੀ ਕਰਤੇ ਹੈਂ। ਜ਼ਿਕਰ ਹੁਸੈਨ ਨਿਜਾਤ ਕਾ ਵਸੀਲਾ ਹੈ ਔਰ ਨਿਜਾਤ ਸਿਰਫ ਇੱਕ ਮਹੀਨੇ ਮੇ ਹੀ ਨਹੀਂ ਜ਼ਰੂਰੀ, ਬਲਕਿ ਸਾਰਾ ਸਾਲ ਹੀ ਨਿਜਾਤ ਹਾਸਿਲ ਕਰਨੀ ਚਾਹੀਏ। ਗਮੇ ਹੁਸੈਨ ਕਿਸੀ ਇੱਕ ਦਿਨ ਕੇ ਲੀਏ ਨਹੀਂ ਆਤਾ, ਕਿਸੀ ਇੱਕ ਮਹੀਨੇ ਕੇ ਲੀਏ ਨਹੀਂ ਆਤਾ, ਬਲਕਿ ਸ਼ਾਇਰ ਕਿਆ ਕਹਿਤਾ ਹੈ, ਦਿਲਾਂ ਵਿੱਚ ਤਾਜ਼ਾ ਗਮ ਰਹਿੰਦਾ ਏ ਸਾਰਾ ਸਾਲ ਕਰਬਲ ਦਾ, ਦਿਲਾਂ ਵਿੱਚ ਤਾਜ਼ਾ ਗਮ ਰਹਿੰਦਾ ਏ ਸਾਰਾ ਸਾਲ ਕਰਬਲ ਦਾ, ਕਲਮ ਦਾ ਸੀਨਾ ਫਟ ਜਾਂਦਾ ਲਿਖੇ ਜਦ ਹਾਲ ਕਰਬਲ ਦਾ, ਕਲਮ ਦਾ ਸੀਨਾ ਫਟ ਜਾਂਦਾ ਲਿਖੇ ਜਦ ਹਾਲ ਕਰਬਲ ਦਾ। ਔਰ ਆਜ ਵੀ ਤਾਰੀਖ ਕੇ ਔਰਾਕ ਜ਼ਿਕਰ ਹੁਸੈਨ ਸੇ ਚਮਕ ਰਹੇ ਹੈਂ, ਵਿੱਚ ਤਾਰੀਖ ਦੇ ਚਮਕਣ ਅੱਜ ਤੱਕ ਬਨ ਕੇ ਉਹ ਤਨਵੀਰਾਂ, ਵਿੱਚ ਤਾਰੀਖ ਦੇ ਚਮਕਣ ਅੱਜ ਤੱਕ
ਬਨਕੇ ਉਹ ਤਨਵੀਰਾਂ ਖੂਨ ਦੇ ਨਾਲ ਜੋ ਲਿਖੀਆਂ ਸੈਯਦ ਕਰਬਲ ਵਿੱਚ ਤਹਿਰੀਰਾਂ ਦੀਨ ਲਈ ਨੇਜ਼ੇ ਬਰਛੀਆਂ ਜੱਲੇ ਨਾਜ਼ੁਕ ਨਰਮ ਸਰੀਰਾਂ ਵੇਖੇ ਜ਼ੁਲਮ ਸੈਯਦ ਤੇ ਸਾਇਮ ਵੇਖੇ ਜ਼ੁਲਮ ਸੈਯਦ ਤੇ ਸਾਇਮ ਤੜਪ ਗਈਆਂ ਤਕਦੀਰਾਂ ਤੜਪ ਗਈਆਂ ਤਕਦੀਰਾਂ।